ਦੋਸਤੋ ਨਵੀਂ ਸ਼ਬੀ ਕਿਤਾਬ ਚਰਖੜੀ ਵਿੱਚੋਂ ਪਹਿਲੀ ਨਜ਼ਮ ਤੁਹਾਡੇ ਨਾਲ ਸਾਂਝ ਕਰ ਰਿਹਾ ਚਰਖੜੀ ਖੁਸ਼ੀਆਂ ਨਾਲ ਭਰੀਆਂ ਝੋਲੀਆਂ ਨੇ ਬਸ ਹੱਸਣ ਦਾ ਹੀ ਵਕਤ ਨਹੀਂ ਦਿਨ ਰਾਤ ਦੌੜ ਦੀ ਦੁਨੀਆ ਵਿੱਚ ਬਸ ਆਪਣੇ ਲਈ ਹੀ ਵਕਤ ਨਹੀਂ ਅੱਖੀਆਂ ਵਿੱਚ ਨੀਂਦਰ ਕਹਿਰਾਂ ਦੀ ਬੇਚੈਨ ਹੈ ਤਨਮਨ ਸਾਰਾ ਹੀ ਕਰ ਸੀਜ਼ ਮਖਮਲੀ ਸੁੰਨੀ ਹੈ ਬਸ ਸੌਣ ਲਈ ਹੀ ਵਕਤ ਨਹੀਂ ਰਮਗੀਨ ਜਿਹਾ ਦਿਲ ਭਾਰੀ ਹੈ ਬਣ ਚੱਲਿਆ ਨਿਰਮਸ਼ੀਨ ਜਿਹਾ ਦਨਸਾਤ ਚਰਖੜੀ ਘੁੰਮੇ ਪਈ ਬਸ ਰੋਣ ਲਈ ਹੀ ਵਕਤ ਨਹੀਂ ਅਸੀਂ ਸਾਰੇ ਰਿਸ਼ਤੇ ਮਾਰ ਲਏ ਉਹਨਾਂ ਦੇ ਅਸਥ ਵੀ ਤਾਰ ਲਏ ਇਹ ਤਨ ਦੇ ਲੀਰਾਂ ਚੋਲੇ ਨੂੰ ਦਫਨਾਉਣ ਲਈ ਹੀ ਵਕਤ ਨਹੀਂ ਪੈਸੇ ਦੀ ਹੋੜ ਚ ਦੌੜ ਰਹੇ ਕਰ ਆਪਣਾ ਅੱਗਾ ਚੌੜ ਰਹੇ ਰਾਹਾਂ ਵਿੱਚ ਅਸੀਂ ਗਵਾਚ ਗਏ ਬਸ ਥੱਕਣ ਦਾ ਹੀ ਵਕਤ ਨਹੀਂ ਸਭ ਇੱਕ ਦੂਜੇ ਤੋਂ ਡਰੇ ਹੋਏ ਲੱਗਦਾ ਏ ਬੁੱਤ ਜਿਵੇਂ ਮਰੇ ਹੋਏ ਹੁਣ ਫੋਨ ਸੁਨੇਹੇ ਦਿੰਦਾ ਹੈ ਪਰ ਦੋਸਤੀ ਲੋਹੀ ਵਕਤ ਨਹੀਂ ਦਿਨ ਰਾਤ ਸਰਕ ਦੇ ਸਭ ਪਈਏ ਹੁਣ ਹੋਰ ਕਿਸੇ ਨੂੰ ਕੀ ਕਹੀਏ ਆਪਣੀ ਜ਼ਿੰਦਗੀ ਨੂੰ ਜਿਉਣ ਲਈ ਬਸ ਆਪਣੇ ਕੋਲ ਹੀ ਵਕਤ ਨਹੀਂ ਹੁਣ ਕਦਰ ਕਿਸੇ ਦੀ ਕੀ ਕਰੀਏ ਕਿਸ ਖਾਤਰ ਕਿਦਾਂ ਕਿਉਂ ਮਰੀਏ ਅੱਖੀਆਂ ਵਿੱਚ ਰੜਕ ਬਰਾਬਰ ਹੈ ਤੇ ਸੁਪਨੇ ਲਈ ਵੀ ਵਕਤ ਨਹੀਂ ਹੁਣ ਤੂੰ ਹੀ ਦੱਸ ਦੇ ਜਿੰਦੜੀਏ ਇਸ ਬੰਦੇ ਦਾ ਕੀ ਬਣਨਾ ਹੈ ਜਿਸ ਕੋਲ ਮਰਨ ਦੀ ਵੇਲ ਨਹੀਂ ਤੇ ਜੀਣ ਲਈ ਹੀ ਵਕਤ ਨਹੀਂ ਤੇ ਜੀਣ ਲਈ ਵੀ ਵਕਤ ਨਹੀਂ ਧੰਨਵਾਦ ਤੁਹਾਡਾ ਆਪਣਾ ਗੁਰਪਾਜ